ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ, ਅਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਪਰਮਾਤਮਾ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਆਪਣੇ ਵੀਰਾਂ ਦੇ ਆਪਾਂ ਨੂੰ ਕਮੈਂਟ ਆਉਂਦੇ ਆ, ਅਤੇ ਕਾਫੀ ਵੀਰਾਂ ਦੇ ਜਿਹੜੇ ਹੁਣ ਪੇਪਰ ਨਿਕਲ ਰਹੇ ਆ, ਅਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿੱਥੋਂ ਕਿੱਥੋਂ ਜਿਹੜੇ ਪੇਪਰ ਨਿਕਲ ਰਹੇ ਅਤੇ ਕੀ ਟਾਈਮਿੰਗ 'ਤੇ ਜਿਹੜੇ ਪੇਪਰ ਨਿਕਲ ਰਹੇ ਆ। ਅਤੇ ਸਭ ਤੋਂ ਪਹਿਲਾਂ ਜਿਹੜੇ ਪੇਪਰ ਆ ਜੀ, ਪਾਰਮਾ ਰੀਜੋ ਮੀਲੀਆ ਤੋਂ ਜਿਹੜੇ ਨਿਕਲ ਰਹੇ ਆ, ਬਰੇਸੇ ਤੋਂ ਪੇਪਰ ਨਿਕਲ ਰਹੇ ਆ, ਅਤੇ ਸਲੇਰਨ ਤੋਂ ਆਪਣੇ ਕਾਫੀ ਵੀਰਾਂ ਨੇ ਪੇਪਰ ਭਰੇ ਹੋਆ, ਉਹਨਾਂ ਦੇ ਵੀ ਜਿਹੜੇ ਆ ਪੇਪਰ ਹੁਣ ਨਿਕਲ ਰਹੇ ਆ। ਕਸੇਰਤੇ ਤੋਂ ਜਿਹੜੇ ਪੇਪਰ ਨਿਕਲ ਰਹੇ ਆ, ਬਾਰੀ ਤੋਂ, ਲੇਜੇ ਤੋਂ, ਕਾਪੋ ਵਾਸੋ ਤੋਂ ਅਤੇ ਨਾਪੋਲੀ ਤੋਂ ਅਤੇ ਰੋਮਾ ਤੋਂ ਵੀ ਜਿਹੜੇ ਪੇਪਰ ਆ ਉਹ ਨਿਕਲ ਰਹੇ ਆ। ਅਤੇ ਕਾਫੀ ਵੀਰਾਂ ਦੇ ਆਪਾਂ ਨੂੰ ਕਮੈਂਟ ਆਉਂਦੇ ਸੀਗੇ ਕਿ ਨਾਪੋਲੀ ਅਤੇ ਰੋਮਾ ਜਿਹੜਾ ਬਲੈਕ ਲਿਸਟ ਦੇ ਵਿੱਚ ਪਾਤਾ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਕੋਈ ਵੀ ਸ਼ਹਿਰ ਜਿਹੜਾ ਆ, ਕੋਈ ਵੀ ਜ਼ਿਲ੍ਹਾ ਬਲੈਕ ਲਿਸਟ ਦੇ ਵਿੱਚ ਨਹੀਂ ਪਾਇਆ, ਖਾਸ ਕਰਕੇ ਪੇਪਰਾਂ ਦੇ ਕਰਕੇ। ਅਤੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਲਗਭਗ ਜਿਹੜੇ ਪੇਪਰ ਨਿਕਲਣੇ ਸ਼ੁਰੂ ਹੋ ਚੁੱਕੇ ਆ। ਇਸ ਦੇ ਨਾਲ ਹੀ ਬਰੋਨਾ ਤੋਂ ਵੀ ਪੇਪਰ ਜਿਹੜੇ ਆ ਨਿਕਲ ਰਹੇ ਆ, ਲਤੀਨਾ ਤੋਂ, ਤਰੀਨੋ ਤੋਂ, ਫਰਾਰੇ ਤੋਂ ਵੀ ਆਪਣੇ ਕਬੀਰ ਦੇ ਪੇਪਰ ਨਿਕਲੇ ਸੀਗੇ। ਅਤੇ ਇਸ ਤੋਂ ਬਾਅਦ ਫਰੋਂਸੀ ਨੋਨੇ ਤੋਂ ਵੀ ਜਿਹੜੇ ਆ ਪੇਪਰ ਉਹ ਨਿਕਲ ਰਹੇ ਆ। ਅਤੇ ਇਸ ਦੇ ਨਾਲ ਹੀ ਜਿਹੜੇ ਮੇਰੇ ਵੀਰਾਂ ਨੇ ਦਸੰਬਰ ਵਾਲੇ ਪੇਪਰ ਭਰਾਏ ਹੋ ਆ, ਅਤੇ ਉਹਨਾਂ ਦੇ ਵੀ ਜਿਹੜੇ ਹੁਣ ਪੇਪਰ ਉਹ ਨਿਕਲ ਰਹੇ ਆ, ਭਾਵੇਂ ਉਹ ਸਾਲ ਵਾਲੇ ਪੇਪਰ ਆ, ਭਾਵੇਂ ਡੋਮੈਸਟਿਕ ਪੇਪਰ ਆ, ਭਾਵੇਂ 9 ਮਹੀਨੇ ਵਾਲੇ ਪੇਪਰ ਆ। ਕਾਫੀ ਆਪਣੇ ਵੀਰਾਂ ਨੇ ਆਪਾਂ ਨੂੰ ਕਮੈਂਟ ਕਰਕੇ ਦੱਸਿਆ ਸੀਗਾ, ਅਤੇ ਇੰਸਟਾਗ੍ਰਾਮ 'ਤੇ ਵੀ ਆਪਣੇ ਵੀਰ ਆਪਾਂ ਨਾਲ ਕਾਫੀ ਸ਼ੇਅਰ ਕਰਦੇ ਆ ਕਿ ਉਹਨਾਂ ਦੇ ਜਿਹੜੇ ਪੇਪਰ ਆ ਉਹ ਦਸੰਬਰ ਵਾਲੇ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ ਤੁਸੀਂ ਆਪ ਵੀ ਕਮੈਂਟ ਪੜ੍ਹ ਕੇ ਦੇਖ ਸਕਦੇ ਆ, ਕਮੈਂਟਾਂ ਵਿੱਚ ਆਪਣੇ ਕਾਫੀ ਵੀਰਾਂ ਦੇ ਦੱਸਿਆ ਹੁੰਦਾ ਆ ਕਿ ਉਹਨਾਂ ਦੇ ਪੇਪਰ ਜਿਹੜੇ ਨਿਕਲ ਰਹੇ ਆ। ਅਤੇ ਜਿਵੇਂ ਕਿ ਇੱਕ ਕਮੈਂਟ ਸੀਗਾ ਕਮਲਜੀਤ ਕੌਰ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਕਿ ਦਸੰਬਰ ਵਾਲੇ ਪੇਪਰ ਜਿਹੜੇ ਇਹਨਾਂ ਦੇ ਨਿਕਲੇ ਆ ਸਾਲ ਵਾਲੇ, ਅਤੇ ਇਹ ਕਹਿੰਦੇ ਹੈਗੇ ਅੱਜ ਨਿਕਲੇ ਆ ਪੇਪਰ ਇਹਨਾਂ ਦੇ ਦਸੰਬਰ ਵਾਲੇ, ਜਿਹੜੇ ਸਾਲ ਵਾਲੇ ਭਰੇ ਸੀਗੇ ਇਹਨਾਂ ਨੇ, ਇਹ ਭਰ ਹੋਏ ਸੀਗੇ 2 ਦਸੰਬਰ 2023 ਨੂੰ, ਅਤੇ ਇਹਨਾਂ ਦੇ ਪੇਪਰ ਜਿਹੜੇ ਆ ਹੁਣ ਜਾ ਕੇ ਨਿਕਲੇ ਆ। ਅਤੇ ਕਾਫੀ ਆਪਣੇ ਵੀਰਾਂ ਭਰਾਵਾਂ ਨੇ ਭਰਾਏ ਹੋ ਆ ਦਸੰਬਰ ਵਾਲੇ ਪੇਪਰ, ਅਤੇ ਉਹਨਾਂ ਨੇ ਪਹਿਲਾਂ ਇੱਕ ਆਸ ਛੱਡ ਦਿੱਤੀ ਸੀ ਕਿ ਹੁਣ ਪੇਪਰ ਜਿਹੜੇ ਆ ਉਹ ਨਹੀਂ ਨਿਕਲਣੇ, ਕਿਉਂਕਿ ਮਾਰਚ ਵਾਲੇ ਪੇਪਰ ਜਿਹੜੇ ਆ ਉਹ ਨਿਕਲਣੇ ਸ਼ੁਰੂ ਹੋ ਚੁੱਕੇ ਸੀਗੇ, ਪਰ ਹੁਣ ਜਿਹੜੇ ਦਸੰਬਰ ਵਾਲੇ ਪੇਪਰ ਆ ਉਹ ਵੀ ਨਿਕਲ ਰਹੇ ਆ। ਅਤੇ ਮਾਰਚ ਵਾਲੇ ਜੇਕਰ ਆਪਾਂ ਪੇਪਰਾਂ ਦੀ ਗੱਲ ਕਰ ਲਈਏ ਕਿ ਕਿਹੜੇ ਪੇਪਰ ਨਿਕਲ ਰਹੇ ਆ, ਅਤੇ ਮਾਰਚ ਵਾਲੇ ਹਜੇ ਜਿਹੜੇ ਹੈਗੇ ਆ, ਇੱਕ ਤਾਂ ਕਨਵਰਸਿਓਨੇ ਵਾਲੇ ਪੇਪਰ ਆ ਜਿਹੜੇ ਉਹ ਵੀ ਨਿਕਲਣੇ ਸ਼ੁਰੂ ਹੋ ਚੁੱਕੇ ਆ, ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਚੇਂਜ ਕਰਾਉਣੀ ਹੁੰਦੀ ਆ ਆਪਣੀ ਸੰਜੋਰ ਨੂੰ, ਜਿਹੜੀ 9 ਮਹੀਨੇ ਵਾਲੀ 'ਤੇ ਆਏ ਹੁੰਦੇ ਉਹ, ਅਤੇ ਉਹ ਚੇਂਜ ਕਰਾ ਕੇ ਜਦੋਂ ਉਹਨਾਂ ਨੇ ਜਿਹੜੀ ਨੋਰਮਲ ਸੰਜੋਰ ਨੂੰ ਹੁੰਦੀ ਜਦੋਂ ਉਹ ਉਹਨਾਂ ਨੇ ਲੈਣੀ ਹੁੰਦੀ ਆ, ਅਤੇ ਉਹ ਜਿਹੜੇ ਪੇਪਰ ਆ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ ਇਸ ਦੇ ਨਾਲ ਹੀ ਜਿਹੜੇ 9 ਮਹੀਨੇ ਵਾਲੇ ਪੇਪਰ ਆ ਹੁਣ ਲਗਭਗ ਕਾਫੀ ਆਪਣੇ ਵੀਰਾਂ ਭਰਾਵਾਂ ਨੂੰ ਨੂਲੇ ਔਫ 'ਤੇ ਜਿਹੜੇ ਮਿਲ ਚੁੱਕੇ ਆ, ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਲਗਭਗ ਜਿਹੜੇ ਇਹ ਪੇਪਰ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ ਜਿਹੜੇ ਹਜੇ ਜਿਨ੍ਹਾਂ ਦਾ ਨਾਂ ਜਿਹੜਾ ਕੋਟੇ ਵਿੱਚ ਨਹੀਂ ਆਇਆ, ਉਹਨਾਂ ਨੂੰ ਜ਼ਿਆਦਾ ਘਬਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਹਜੇ ਜਿਹੜਾ ਆ 30,000 ਘੱਟ ਤੋਂ ਘੱਟ ਪੇਪਰਾਂ ਦਾ ਕੋਟਾ ਜਿਹੜਾ ਆ ਹੋਰ ਵੰਡਿਆ ਜਾਊਗਾ, ਅਤੇ ਉਹਦੇ ਵਿੱਚ ਤੁਹਾਡਾ ਜਿਹੜਾ ਨਾਂ ਜਿਹੜਾ ਇਸ ਵਾਰ ਆ ਸਕਦਾ ਆ। ਅਤੇ ਹਜੇ ਹੌਲੀ ਹੌਲੀ ਵੀ ਸਾਰੇ ਵੀਰਾਂ ਨੂੰ ਜਿਹੜੇ ਉਹ ਪੇਪਰ ਮਿਲ ਰਹੇ ਆ, ਕਿਉਂਕਿ ਜਿੱਦਾਂ ਤੁਹਾਡੇ ਏਜੰਟਾਂ ਨੂੰ ਪੇਪਰ ਮਿਲਦੇ, ਉਸ ਤੋਂ ਬਾਅਦ ਹੌਲੀ ਹੌਲੀ ਤੁਹਾਨੂੰ ਸਾਰੇ ਪੇਪਰ ਮਿਲ ਰਹੇ ਆ। ਅਤੇ ਕਾਫੀ ਆਪਣੇ ਵੀਰ ਭਰਾ ਜਿਹੜੇ ਆਪਣੇ ਨਾਲ ਸ਼ੇਅਰ ਕਰਦੇ ਆ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਅਤੇ ਅੱਗੇ ਵੀ ਜਿਹੜੇ ਮੇਰੇ ਵੀਰਾਂ ਭਰਾਵਾਂ ਦੇ ਪੇਪਰ ਨਿਕਲਦੇ ਆ, ਅਤੇ ਉਹ ਆਪਾਂ ਨਾਲ ਜਿਹੜਾ ਜ਼ਰੂਰ ਸ਼ੇਅਰ ਕਰ ਸਕਦਾ, ਤਾਂ ਜੋ ਹੋਰ ਵੀ ਆਪਣੇ ਵੀਰਾਂ ਭਰਾਵਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲ ਸਕੇ। ਅਤੇ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ, ਜੇਕਰ ਤੁਸੀਂ ਚੈਨਲ 'ਤੇ ਨਵੇਂ ਸੀਗੇ ਤਾਂ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਅਤੇ ਘੰਟੀ ਵਾਲਾ ਬਟਨ ਆ ਜਿਹੜਾ ਉਹਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਆ ਕਰੋ, ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਅਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਆ। ਅਤੇ ਵੀਡੀਓ ਦੇ ਲਾਸਟ ਦੇ ਵਿੱਚ ਆਪਾਂ ਤੁਹਾਡੇ ਕਮੈਂਟਾਂ ਦਾ ਵੀ ਜਿਹੜਾ ਜਵਾਬ ਦਿਆ ਕਰਾਂਗੇ, ਅਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ, ਤੁਹਾਡੇ ਕਮੈਂਟ ਦਾ ਜਿਹੜਾ ਜਵਾਬ ਆ ਉਹ ਵੀ ਵੀਡੀਓ ਦੇ ਵਿੱਚ ਹੋ ਸਕਦਾ ਆ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਉਹਨਾਂ ਨਾਲ ਜਿਹੜੇ ਇਟਲੀ ਆਉਣਾ ਚਾਹੁੰਦੇ ਆ ਜਾਂ ਇਟਲੀ ਆਉਣ ਬਾਰੇ ਸੋਚਦੇ ਆ। ਅਤੇ ਕਾਫੀ ਆਪਣੇ ਵੀਰ ਭਰਾ ਜਿਹੜੇ ਇਟਲੀ ਆਉਣਾ ਚਾਹੁੰਦੇ ਆ, ਅਤੇ ਉਹਨਾਂ ਦੇ ਲਈ ਲੈਂਗੁਏਜ ਜਿਹੜੀ ਬਹੁਤ ਇੰਪੋਰਟੈਂਟ ਆ ਇੱਥੇ ਆ ਕੇ। ਅਤੇ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਆ ਇਟਾਲੀਅਨ ਲੈਂਗੁਏਜ, ਤਾਂ ਆਪਾਂ ਤੁਹਾਡੇ ਲਈ ਜਿਹੜਾ ਇੱਕ ਚੈਨਲ ਬਣਾਇਆ ਸਪੈਸ਼ਲ ਤੁਹਾਨੂੰ ਇਟਾਲੀਅਨ ਲੈਂਗੁਏਜ ਪੰਜਾਬੀ ਦੇ ਵਿੱਚ ਸਿਖਾਉਣ ਦੇ ਲਈ, ਅਤੇ ਜਿਹਦਾ ਲਿੰਕ ਹੈਗਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗੇ। ਅਤੇ ਉਸ ਚੈਨਲ ਦਾ ਨਾਂ ਹੈਗਾ ਆ ਇਟਾਲੀਅਨ ਪੰਜਾਬੀ, ਅਤੇ ਤੁਸੀਂ ਉੱਥੇ ਜਾ ਕੇ ਉਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਹਾਂ, ਅਤੇ ਉੱਥੇ ਜਾ ਕੇ ਜਿਹੜੀ ਇਹ ਲੈਂਗੁਏਜ ਸਿੱਖ ਸਕਦੇ ਹਾਂ। ਅਤੇ ਇਸ ਤੋਂ ਬਾਅਦ ਹੁਣ ਅੱਗੇ ਵੱਧਦੇ ਹਾਂ ਵੀਡੀਓ ਦੇ ਵਿੱਚ। ਅਤੇ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਮਾਰਚ ਵਾਲੇ ਪੇਪਰ ਭਰਾਏ ਆ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ, ਉਹ ਹਜੇ ਆਪਾਂ ਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲੀ, ਆਪਾਂ ਤੁਹਾਨੂੰ ਇੱਦਾਂ ਨਹੀਂ ਦੱਸ ਸਕਦੇ ਕਿ ਜਿਹੜੇ ਉਹ ਪੇਪਰ ਆ ਨਿਕਲਣੇ ਸ਼ੁਰੂ ਹੋ ਚੁੱਕੇ ਆ, ਜਦ ਤੱਕ ਆਪਣਾ ਕੋਈ ਵੀਰ ਭਰਾ ਆਪਾਂ ਤੱਕ ਜਿਹੜੀ ਆ ਇਨਫੋਰਮੇਸ਼ਨ ਨਹੀਂ ਸਾਂਝੀ ਕਰਦਾ। ਅਤੇ ਇਸ ਕਰਕੇ ਮਾਰਚ ਵਾਲੇ ਜਿਹੜੇ ਆ ਸਾਲ
9 ਮਹੀਨੇ ਵਾਲੇ ਜਿਹੜੇ ਪੇਪਰ ਆ ਉਹ ਬਿਲਕੁਲ ਜ਼ਰੂਰ ਨਿਕਲ ਰਹੇ ਆ, ਕਾਫੀ ਵੀਰਾਂ ਭਰਾਵਾਂ ਨੂੰ ਰੋਜ਼ ਦੀ ਰੋਜ਼ ਜਿਹੜੇ ਨੂਲੇ ਆ ਉਸ 'ਤੇ ਮਿਲ ਰਹੇ ਆ। ਪਰ ਹਜੇ ਜਿਹੜੇ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਆਹ ਮਹੀਨੇ ਦੇ ਲਾਸਟ ਦੇ ਵਿੱਚ ਉਹ ਨਿਕਲਣੇ ਜਿਹੜੇ ਆ ਸ਼ੁਰੂ ਹੋ ਜਾਣੇ ਆ। ਅਤੇ ਹੁਣ ਗੱਲ ਕਰ ਲੈਂਦੇ ਹੈਗੇ ਜੀ ਆਪਾਂ ਟਾਈਮਿੰਗ ਦੀ, ਕਿ ਕਿਹੜੇ ਵੀਰਾਂ ਦੇ ਕਿੱਥੋਂ ਪੇਪਰ ਨਿਕਲੇ ਅਤੇ ਕਿੰਨੀ ਟਾਈਮਿੰਗ ਦੇ ਨਿਕਲੇ ਆ, ਕਿਉਂਕਿ ਟਾਈਮਿੰਗ ਜਿਹੜੀ ਬਹੁਤ ਇੰਪੋਰਟੈਂਟ ਆ। ਅਤੇ ਇਸ ਵਾਰ ਟਾਈਮਿੰਗ ਜਿਹੜੀ ਆ ਕਾਫੀ ਲੇਟ ਆਈ ਆ, ਅਤੇ ਕਾਫੀ ਲੇਟ ਜਿਹੜੇ ਆਪਣੇ ਵੀਰਾਂ ਭਰਾਵਾਂ ਦੇ ਪੇਪਰ ਭਰ ਹੋਏ ਸੀਗੇ ਅਤੇ ਉਹ ਵੀ ਜਿਹੜੇ ਆ ਨਿਕਲ ਰਹੇ ਆ। ਅਤੇ ਇੱਕ ਆਪਣੇ ਵੀਰ ਦੇ ਨਿਕਲੇ ਸੀਗੇ ਜੀ ਪੇਪਰ ਵਿਰਸੇ ਤੋਂ 9:08 ਅਤੇ 56 ਸੈਕਿੰਡ, ਅਤੇ ਵੀਰ ਦਾ ਨਾਮ ਹੈਗਾ ਸੁਖਰਾਜ ਸਿੰਘ, ਇਹਨਾਂ ਦੇ ਪੇਪਰ ਨਿਕਲੇ ਸੀਗੇ ਜੀ। ਅਤੇ ਇਹਨਾਂ ਦੀ ਟਾਈਮਿੰਗ ਵੀ ਜਿਹੜੀ ਆ ਕਾਫੀ ਲੇਟ ਸੀਗੀ, ਅਤੇ ਪੇਪਰ ਇਹਨਾਂ ਦੇ ਫਿਰ ਵੀ ਨਿਕਲਿਆ ਆ। ਅਤੇ ਇੱਕ ਆਪਣੇ ਹੋਰ ਵੀਰ ਦੇ ਪੇਪਰ ਨਿਕਲੇ ਸੀਗੇ ਫਰਾਰੇ ਤੋਂ 9:10 ਅਤੇ 56 ਸੈਕਿੰਡ ਦੇ ਕਰੀਬ ਉਹਨਾਂ ਦਾ ਟਾਈਮ ਸੀਗਾ, ਅਤੇ ਉਹ ਵੀ ਪੇਪਰ ਉਹਨਾਂ ਦੇ ਨਿਕਲਿਆ ਜੀ ਫਰਾਰੇ ਤੋਂ। ਅਤੇ ਉਸ ਤੋਂ ਬਾਅਦ ਪੇਪਰ ਨਿਕਲੇ ਗਏ ਜਸ ਮੱਲ ਦੇ ਨਾਪੋਲੀ ਤੋਂ, ਜਿਹੜੇ ਪੇਪਰ ਉਹਨਾਂ ਦੇ ਨਿਕਲੇ ਆ 9:04 ਅਤੇ 8 ਸੈਕਿੰਡ 'ਤੇ। ਅਤੇ ਤਰੀਨੋ ਤੋਂ ਪੇਪਰ ਨਿਕਲੇ ਹੈਗੇ ਆ ਜੀ 9 ਮਹੀਨੇ ਵਾਲੇ, 9:02 ਅਤੇ 43 ਸੈਕਿੰਡ 'ਤੇ ਜਿਹੜੇ ਉਹ ਪੇਪਰ ਨਿਕਲੇ ਆ। ਅਤੇ ਹੋਰ ਵੀ ਆਪਣੇ ਕਾਫੀ ਵੀਰਾਂ ਦੇ ਜਿਹੜੇ ਆ ਉਹ ਪੇਪਰ ਨਿਕਲ ਰਹੇ ਆ। ਇਸ ਵਾਰ ਟਾਈਮਿੰਗ ਜਿਹੜੀ ਆ ਜ਼ਿਆਦਾ ਨਹੀਂ ਇੰਪੋਰਟੈਂਟ ਹੈਗੀ, ਕਿਉਂਕਿ ਹਜੇ ਜਿਹੜਾ ਕੋਟਾ ਹੋਰ ਵੰਡਿਆ ਜਾਣਾ ਆ। ਕਈ ਵੀਰਾਂ ਦੇ ਇਸ ਵਾਰ ਵੀ ਜਿਹੜਿਆਂ ਦੀ ਲੇਟ ਟਾਈਮਿੰਗ ਸੀਗੀ ਇਸ ਵਾਰ 'ਚ ਪੇਪਰ ਉਹਨਾਂ ਦੇ ਨਿਕਲ ਆਏ ਆ, ਅਤੇ ਜਿਨ੍ਹਾਂ ਦੇ ਹਜੇ ਪੇਪਰ ਨਹੀਂ ਨਿਕਲੇ ਅਤੇ ਉਹਨਾਂ ਨੂੰ ਵੀ ਜਿਹੜੇ ਆ ਪੇਪਰ ਅਗਲੇ ਜਦੋਂ ਕੋਟਾ ਵੰਡਿਆ ਜਾਣਾ ਤਾਂ ਉਹਦੇ ਵਿੱਚ ਉਹਨਾਂ ਨੂੰ ਮਿਲ ਸਕਦੇ ਆ। ਅਤੇ ਇਸ ਕਰਕੇ ਜ਼ਿਆਦਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਜਦੋਂ ਵੀ ਤੁਹਾਡੇ ਪੇਪਰ ਨਿਕਲਦੇ ਆ ਤਾਂ ਤੁਸੀਂ ਸਾਡੇ ਨਾਲ ਜਿਹੜਾ ਜ਼ਰੂਰ ਸ਼ੇਅਰ ਕਰ ਸਕਦੇ ਆ। ਅਤੇ ਆਪਾਂ ਆਸ ਕਰਦੇ ਹਾਂ ਕਿ ਸਾਰੇ ਵੀਰਾਂ ਦੇ ਜਲਦੀ ਤੋਂ ਜਲਦੀ ਜਿਹੜੇ ਆ ਪੇਪਰ ਉਹ ਜ਼ਰੂਰ ਨਿਕਲਣ। ਅਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਲੈਂਦੇ ਹੈਗੇ ਆ ਜੀ ਅਪੁਆਇੰਟਮੈਂਟਾਂ ਦੀ, ਕਿਉਂਕਿ ਅਪੁਆਇੰਟਮੈਂਟਾਂ ਕਈ ਵੀਰਾਂ ਨੂੰ ਨਹੀਂ ਮਿਲ ਰਹੀਆਂ ਜਿਨ੍ਹਾਂ ਦੇ ਨੂਲੇ ਉਸ 'ਤੇ ਨਿਕਲ ਆਏ ਆ। ਅਤੇ ਕਈਆਂ ਦੀ ਹਜੇ ਜਨਵਰੀ 'ਚ ਜਿਨ੍ਹਾਂ ਦੇ ਨੂਲੇ ਉਸ 'ਤੇ ਨਿਕਲੇ ਸੀਗੇ ਅਤੇ ਹਜੇ ਤੱਕ ਜਿਹੜੀ ਉਹਨਾਂ ਨੂੰ ਅਪੁਆਇੰਟਮੈਂਟ ਨਹੀਂ ਮਿਲੀ। ਅਤੇ ਅਪੁਆਇੰਟਮੈਂਟਾਂ ਕਾਫੀ ਆਪਾਂ ਨੂੰ ਹੈਗੇ ਹੀ ਆਸ ਕਿ ਇਸ ਮਹੀਨੇ ਜਿਹੜੀਆਂ ਓਪਨ ਹੋਊਗੀਆਂ, ਪਰ ਜੇਕਰ ਇਸ ਮਹੀਨੇ ਵੀ ਅਪੁਆਇੰਟਮੈਂਟਾਂ ਜਿਹੜੀਆਂ ਨਹੀਂ ਓਪਨ ਹੁੰਦੀਆਂ ਅਤੇ ਜਿਹੜੇ ਆਪਣੇ ਵੀਰਾਂ ਭਰਾਵਾਂ ਦੇ ਜਿਹੜੇ ਨੂਲੇ ਉਸ 'ਤੇ ਐਕਸਪਾਇਰ ਹੋਣ 'ਤੇ ਆ ਚੁੱਕੇ ਆ, ਜਿਨ੍ਹਾਂ ਦਾ ਤਾਂ ਹਜੇ ਸਮਾਂ ਪਿਆ ਆ ਉਹ ਤਾਂ ਹਜੇ ਥੋੜ੍ਹੀ ਵੇਟ ਕਰ ਸਕਦੇ ਆ। ਜਿਨ੍ਹਾਂ ਦੇ ਨੂਲੇ ਉਸ 'ਤੇ ਐਕਸਪਾਇਰ ਹੋਣ ਦੇ ਲਈ ਹਫ਼ਤਾ ਜਾਂ 10 ਦਿਨ ਰਹਿੰਦੇ ਆ, ਉਹ ਸਿੱਧਾ ਨਿਊ ਦਿੱਲੀ ਦੀ ਅੰਬੈਸੀ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਦੱਸ ਸਕਦੇ ਆ ਕਿ ਉਹਨਾਂ ਦਾ ਜਿਹੜਾ ਨੂਲਾ ਉਸ ਦਾ ਐਕਸਪਾਇਰ ਹੋ ਰਿਹਾ ਆ। ਅਤੇ ਉੱਥੇ ਉਹ ਜਿਹੜਾ ਆ ਤੁਹਾਡਾ ਫਿਰ ਬਿਨਾਂ ਅਪੁਆਇੰਟਮੈਂਟ ਤੋਂ ਵੀ ਤੁਹਾਡੀ ਜਿਹੜੀ ਆ ਗੱਲ ਬਣ ਸਕਦੀ ਆ, ਪਰ ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਿਆ ਕਰੋ ਕਿ ਤੁਹਾਡਾ ਨੂਲਾ ਉਸ ਦਾ ਜਿਹੜਾ ਹਫ਼ਤੇ 10 ਦਿਨ ਦੇ ਵਿੱਚ ਐਕਸਪਾਇਰ ਹੋਣਾ ਚਾਹੀਦਾ, ਤਾਂ ਤੁਹਾਡੀ ਉਹ ਉੱਥੇ ਜਾ ਕੇ ਹੈਲਪ ਕਰੂਗੇ। ਅਤੇ ਜੇਕਰ ਹਜੇ ਤੁਹਾਡੇ ਜਿਹੜਾ ਨੂਲੇ ਉਸ 'ਤੇ ਨੂੰ ਹਜੇ 1-2 ਮਹੀਨੇ ਪਏ ਆ ਐਕਸਪਾਇਰ ਹੋਣ ਨੂੰ, ਤਾਂ ਤੁਸੀਂ ਜਿਹੜੀ ਆ ਵੇਟ ਕਰ ਸਕਦੇ ਆ। ਅਤੇ ਜਦੋਂ ਵੀ ਤੁਹਾਨੂੰ ਅਪੁਆਇੰਟਮੈਂਟ ਮਿਲਦੀ ਆ ਤਾਂ ਅਪੁਆਇੰਟਮੈਂਟ ਤੁਸੀਂ ਜ਼ਰੂਰ ਲੈ ਲਿਆ ਕਰੋ। ਇਹ ਨਾ ਸੋਚਿਆ ਕਰੋ ਕਿ ਅਪੁਆਇੰਟਮੈਂਟ ਜਿਹੜੀ ਹੈਗੀ ਆ ਤੁਹਾਡਾ ਨੂਲਾ ਉਸ ਦਾ ਐਕਸਪਾਇਰ ਪਹਿਲਾਂ ਹੋ ਜਾਂਦਾ, ਅਪੁਆਇੰਟਮੈਂਟ ਜਿਹੜੀ ਆ ਉਹ ਬਾਅਦ ਦੀ ਆ। ਜਿਵੇਂ ਕਿ ਤੁਹਾਡਾ ਨੂਲਾ ਉਸ ਦਾ ਸਮਝ ਲਓ ਮੰਨ ਕੇ ਆਪਾਂ ਚੱਲਦੇ ਹਾਂ ਕਿ 6 ਜੁਲਾਈ ਨੂੰ ਐਕਸਪਾਇਰ ਹੁੰਦਾ ਹੈ, ਅਤੇ ਤੁਹਾਨੂੰ ਅਪੁਆਇੰਟਮੈਂਟ ਜਿਹੜੀ ਹੈਗੀ ਉਹ ਅਗਸਤ ਦੀ ਮਿਲਦੀ ਆ, ਤਾਂ ਵੀ ਤੁਸੀਂ ਅਪੁਆਇੰਟਮੈਂਟ ਜਿਹੜੀ ਆ ਜ਼ਰੂਰ ਚੱਕ ਲਓ, ਕਿਉਂਕਿ ਅਪੁਆਇੰਟਮੈਂਟ ਅੰਬੈਸੀ ਵਾਲਿਆਂ ਨੂੰ ਵੀ ਪਤਾ ਹੁੰਦਾ ਕਿ ਜਦੋਂ ਓਪਨ ਹੋਣੀ ਆ ਉਦੋਂ ਹੀ ਤੁਸੀਂ ਚੱਕਣੀਆਂ ਆ। ਅਤੇ ਇਸ ਵਾਰ ਅਪੁਆਇੰਟਮੈਂਟ ਜਦੋਂ ਤੁਸੀਂ ਚੱਕਣੀ ਆ ਤਾਂ ਤੁਹਾਨੂੰ ਜਿਹੜਾ ਨੂਲਾ ਉਸ ਦਾ ਆਪਣਾ ਉਹ ਵੀ ਤੁਹਾਡਾ ਨੰਬਰ ਜਿਹੜਾ ਹੈਗਾ ਉੱਪਰ ਭਰਨਾ ਪਊਗਾ, ਤਾਂ ਹੀ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਆ। ਅਤੇ ਜਿਹੜੇ ਵੀਰ ਹਜੇ ਜ਼ਿਆਦਾ ਕਾਹਲੀ ਕਰ ਰਹੇ ਆ ਅਪੁਆਇੰਟਮੈਂਟ ਦੇ ਲਈ, ਅਤੇ ਉਹ ਹਜੇ ਕਾਹਲੀ ਨਾ ਕਰੋ, ਕਿਉਂਕਿ ਹਜੇ ਅਪੁਆਇੰਟਮੈਂਟਾਂ ਜਿਹੜੀਆਂ ਓਪਨ ਨਹੀਂ ਹੋਈਆਂ, ਅਤੇ ਏਜੰਟ ਜਿਹੜੇ ਹੈਗੇ ਉਹ ਤੁਹਾਡੇ ਕੋਲੋਂ ਪਹਿਲੇ ਕਾਫੀ 60-70 ਹਜ਼ਾਰ ਰੁਪਈਆ ਜਿਹੜਾ ਮੰਗ ਰਿਹਾ ਇਸ ਵਾਰ ਏਜੰਟ ਹਜੇ ਤੱਕ ਅਪੁਆਇੰਟਮੈਂਟ ਲੈਣ ਦੇ ਲਈ। ਪਰ ਹਜੇ ਜਿਹੜੀਆਂ ਅਪੁਆਇੰਟਮੈਂਟਾਂ ਉਹ ਓਪਨ ਨਹੀਂ ਹੋਈਆਂ, ਅਤੇ ਜਦੋਂ ਅਪੁਆਇੰਟਮੈਂਟਾਂ ਓਪਨ ਹੋ ਗਈਆਂ ਇਸ ਬਾਰੇ ਨਿਊ ਰੂਲ ਜਿਹੜਾ ਹੈਗਾ ਆ ਕਿ ਤੁਹਾਡਾ ਜਿਹੜਾ ਆ ਨੂਲਾ ਉਸ ਦਾ ਉਹ ਨਾਲ ਲੱਗੂਗਾ, ਤਾਂ ਇਹਦੇ ਨਾਲ ਜਿਹੜਾ ਹੈਗਾ ਆ ਕਾਫੀ ਪੈਸੇ ਜਿਹੜੇ ਉਹ ਵੀ ਘੱਟ ਲੱਗੂਗੇ ਅਪੁਆਇੰਟਮੈਂਟ ਲੈਣ ਨੂੰ, ਕਿਉਂਕਿ ਅੱਗੇ ਏਜੰਟ ਹੁੰਦੇ ਸੀਗੇ ਅਪੁਆਇੰਟਮੈਂਟਾਂ ਜਿਹੜੀਆਂ ਪਹਿਲੇ ਕਾਫੀ ਚੱਕ ਲੈਂਦੇ ਹੁੰਦੇ ਸੀਗੇ ਅਤੇ ਬਾਅਦ ਦੇ ਵਿੱਚ ਕਾਫੀ ਸ਼ੋਰਟੇਜ ਆ ਜਾਂਦੀ ਹੁੰਦੀ ਸੀਗੀ। ਪਰ ਇਸ ਵਾਰ ਇੱਦਾਂ ਨਹੀਂ ਹੋਣੀ, ਸਿਰਫ ਤੁਸੀਂ ਆਪਣਾ ਨੂਲਾ ਉਸ ਦਾ ਵੀ ਨਾਲ ਲੈ ਕੇ ਜਾਣਾ ਆ, ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜੀ ਅਪੁਆਇੰਟਮੈਂਟ ਲੈ ਸਕਦੇ ਆ, ਜਿਨ੍ਹਾਂ ਨੂੰ ਲੋੜ ਆ ਉਹੀ ਅਪੁਆਇੰਟਮੈਂਟ ਲਊਗੇ। ਇਸ ਤਰੀਕੇ ਨਾਲ ਜਿਹੜਾ ਅਪੁਆਇੰਟਮੈਂਟ ਦਾ ਖਰਚਾ ਆ ਉਹ ਵੀ ਕਾਫੀ ਹੱਦ ਤੱਕ ਜਿਹੜਾ ਘੱਟ ਹੋ ਜਾਊਗਾ। ਅਤੇ ਇੱਕ ਜ਼ਰੂਰੀ ਸੂਚਨਾ ਉਹਨਾਂ ਵੀਰਾਂ ਦੇ ਲਈ ਜਿਹੜੇ ਆਪਣੇ ਵੀਰ ਭਰਾ ਜਿਹੜੇ ਹੈਗੇ 9 ਮਹੀਨੇ ਵਾਲੇ ਪੇਪਰ 'ਤੇ ਆ ਰਹੇ ਆ, ਅਤੇ ਉਹਨਾਂ ਦੇ ਏਜੰਟ ਜਿਹੜੇ ਆ ਉਹਨਾਂ ਨੂੰ, ਕਿਉਂਕਿ ਏਜੰਟ ਜ਼ਿਆਦਾਤਰ ਜਿਹੜੇ ਉਹ ਪੇਪਰ ਨਹੀਂ ਜਮ੍ਹਾਂ ਕਰਵਾਉਂਦੇ, ਕਿੱਟਾਂ ਵਗੈਰਾ ਜਿਹੜੀਆਂ ਮੁੜ ਕੇ ਤੁਹਾਡੀਆਂ ਨਹੀਂ ਜਮ੍ਹਾਂ ਹੁੰਦੀਆਂ, ਅਤੇ ਤੁਹਾਡੇ ਜਿਹੜੇ ਆ ਪੇਪਰ ਬਣਨੇ ਕਾਫੀ ਮੁਸ਼ਕਲ ਹੋ ਜਾਂਦੇ ਆ। ਅਤੇ ਜੇਕਰ ਤੁਹਾਡਾ ਕੋਈ ਏਜੰਟ ਤੁਹਾਨੂੰ ਕਹਿੰਦਾ ਹੈ ਕਿ ਸਾਨੂੰ 4,000 ਯੂਰੋ ਦੇ ਦਿਓ, 5,000 ਯੂਰੋ ਦੇ ਦਿਓ, ਅਤੇ ਤੁਹਾਡੀ ਅਸੀਂ ਕਿੱਟ ਜਮ੍ਹਾਂ ਕਰਾ ਦਿੰਦੇ ਹਾਂ, ਅਤੇ ਤੁਸੀਂ ਆਪਣਾ ਇੱਥੇ ਕੰਮ ਕਾਰ ਕਰੀ ਜਾਓ, ਕੋਈ ਚੱਕਰ ਵਾਲੀ ਗੱਲ ਨਹੀਂ।
ਪਰ ਇੱਦਾਂ ਜਿਹੜੀ ਆ ਬਾਅਦ ਦੇ ਵਿੱਚ ਤੁਹਾਨੂੰ ਉਹ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਬਿਨਾਂ ਮਾਲਕ ਤੋਂ ਜਿਹੜੇ ਪੇਪਰ ਜਮ੍ਹਾਂ ਹੋਣੇ ਉਹ ਗੱਲ ਕੁਝ ਹੋਰ ਹੁੰਦੀ ਹੈ। ਜੇਕਰ ਤੁਹਾਡਾ ਏਜੰਟ ਦੇ ਨਾਲ ਤੁਹਾਡੀ ਪਹਿਲੀ ਗੱਲ ਹੋਈ, ਉਹ ਤੁਹਾਡੇ ਪੇਪਰ ਜਮ੍ਹਾਂ ਕਰਾਉਣ ਦੇ ਲਈ ਤੁਹਾਡੇ ਕੋਲ ਮਾਲਕ ਹੈਗਾ ਜਿਹਨੇ ਤੁਹਾਡੇ ਪੇਪਰ ਭਰੇ ਹੋ ਆ, ਉਹੀ ਮਾਲਕ ਜਿਹੜਾ ਆ ਜਦੋਂ ਤੁਸੀਂ 9 ਮਹੀਨੇ ਵਾਲੇ ਪੇਪਰਾਂ 'ਤੇ ਇਟਲੀ ਦੇ ਵਿੱਚ ਆਉਂਦੇ ਆ ਤਾਂ ਉਹੀ ਮਾਲਕ ਜਿਹੜਾ ਤੁਹਾਡੇ ਪੇਪਰ ਜਮ੍ਹਾਂ ਕਰਾਊਗਾ, ਅਤੇ ਉਹਦੇ ਕੋਲ 3 ਮਹੀਨੇ ਦਾ ਟੈਕਸ ਆਊਗਾ, ਤਾਂ ਫਿਰ ਤੁਸੀਂ ਉਹਦੇ ਹਿਸਾਬ ਦੇ ਨਾਲ ਪੱਕੇ ਹੋ ਸਕਦੇ ਆ। ਅਤੇ ਜੇਕਰ ਤੁਸੀਂ ਬਿਨਾਂ ਮਾਲਕ ਤੋਂ ਕਿੱਟ ਜਮ੍ਹਾਂ ਕਰਾਉਂਦੇ ਆ, ਸਾਰੇ ਆਪਣੇ ਕੰਮ ਕਾਰ ਕਰਦੇ ਆ, ਤਾਂ ਉਹਦੇ ਵਿੱਚ ਬਾਅਦ ਦੇ ਵਿੱਚ ਕਾਫੀ ਪ੍ਰੋਬਲਮ ਆ ਦਿੱਤੀ ਆ। ਅਤੇ ਇਸ ਕਰਕੇ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਜਿਹੜੇ ਆਪਣੇ ਵੀਰ ਭਰਾ ਨਵੇਂ ਆਉਂਦੇ ਆ, ਖਾਸ ਕਰਕੇ ਜਿਹੜੇ 9 ਮਹੀਨੇ ਵਾਲੇ। ਅਤੇ ਜੇਕਰ ਤੁਹਾਨੂੰ ਇੱਥੇ ਕੋਈ ਨਹੀਂ ਲੱਗਦਾ ਕਿ ਤੁਹਾਡੇ ਪੇਪਰ ਬਣੂਗੇ ਇਟਲੀ ਦੇ ਵਿੱਚ, ਤੁਹਾਡਾ ਏਜੰਟ ਜਿਹੜਾ ਹੈ ਤੁਹਾਨੂੰ ਨਹੀਂ ਕੁਛ ਦੱਸ ਪੁੱਛ ਰਿਹਾ, ਤੁਹਾਡਾ ਮਾਲਕ ਜਿਹੜਾ ਹੈ ਨਹੀਂ ਮੰਨ ਰਿਹਾ ਤੁਹਾਡੇ ਪੇਪਰ ਜਮ੍ਹਾਂ ਕਰਾਉਣ ਦੇ ਲਈ, ਤਾਂ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਜਿਹੜੇ ਆਪਣੇ ਉਹ ਪੇਪਰ ਬਣਵਾ ਸਕਦੇ ਆ, ਜਿਵੇਂ ਕਿ ਪੁਰਤਗਾਲ ਹੋ ਗਿਆ, ਕਾਫੀ ਆਪਣੇ ਵੀਰ ਭਰਾ ਜਿਹੜੇ ਆਉਂਦੇ ਆ ਇਟਲੀ ਨੂੰ, ਅਤੇ ਇਟਲੀ ਦੇ ਵਿੱਚ ਆ ਕੇ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਸ਼ਿਫਟ ਹੋ ਜਾਂਦੇ, ਜਿਵੇਂ ਕਿ ਪੁਰਤਗਾਲ ਹੋ ਗਿਆ ਜਾਂ ਸਪੇਨ ਹੋ ਗਿਆ, ਇੱਥੇ ਜਿਹੜੇ ਪੇਪਰ ਆ ਛੇਤੀ ਵੀ ਬਣ ਜਾਂਦੇ ਆ, ਅਤੇ ਨਾਲੇ ਪੇਪਰ ਬਣਨ ਦੀ ਜਿਹੜੀ ਇੱਕ ਆਸ ਵੀ ਹੁੰਦੀ ਆ। ਅਤੇ ਜਦੋਂ ਤੁਹਾਡੇ ਪੇਪਰ ਬਣ ਜਾਂਦੇ, ਉਸ ਤੋਂ ਬਾਅਦ ਤੁਸੀਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਜਾ ਕੇ ਆਪਣਾ ਕੰਮ ਕਰ ਸਕਦੇ ਆ। ਅਤੇ ਇਟਲੀ ਦੇ ਵਿੱਚ ਹਜੇ ਜਿਹੜਾ ਆ ਕੱਚੇ ਬੰਦਿਆਂ ਨੂੰ ਪੱਕੇ ਕਰਨ ਦੇ ਲਈ ਜਿਹੜੀ ਕੋਈ ਵੀ ਸਰਕਾਰ ਵੱਲੋਂ ਅਪਡੇਟ ਨਹੀਂ ਦਿੱਤੀ ਜਾਂਦੀ। ਅਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹੈਗੇ ਆ ਜੀ ਤੁਹਾਡੇ ਕਮੈਂਟਾਂ ਵੱਲ, ਅਤੇ ਤੁਹਾਡੇ ਕਮੈਂਟਾਂ ਦੇ ਜਵਾਬ ਦਿੰਦੇ ਹਾਂ ਹੁਣ। ਅਤੇ ਜੇਕਰ ਤੁਹਾਡੇ ਕਮੈਂਟ ਦਾ ਜਿਹੜਾ ਜਵਾਬ ਵੀਡੀਓ ਦੇ ਵਿੱਚ ਨਹੀਂ ਹੁੰਦਾ, ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਤੇ ਜਾ ਕੇ ਫੋਲੋ ਕਰਕੇ ਉੱਥੇ ਜਾ ਕੇ ਮੈਸੇਜ ਕਰਕੇ ਕੋਈ ਵੀ ਆਪਣਾ ਸਵਾਲ ਜਵਾਬ ਪੁੱਛ ਸਕਦੇ ਆ। ਅਤੇ ਇਸ ਤੋਂ ਬਾਅਦ ਸਭ ਤੋਂ ਪਹਿਲਾ ਕਮੈਂਟ ਹੈਗਾ ਆ ਜੀ ਕਰਮਾਨ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ ਕਿ ਬਾਈ ਜੀ ਕਸੇਰ 'ਤੇ ਤੋਂ ਇਹਨਾਂ ਨੇ ਡੋਮੈਸਟਿਕ ਪੇਪਰ ਭਰਾਏ ਸੀਗੇ, 9:04 ਅਤੇ 11 ਸੈਕਿੰਡ 'ਤੇ ਜਿਹੜੇ ਇਹਨਾਂ ਦੇ ਪੇਪਰ ਭਰ ਹੋਏ ਸੀਗੇ ਕਸੇਰ 'ਤੇ ਤੋਂ ਡੋਮੈਸਟਿਕ 'ਤੇ। ਕਹਿੰਦੇ ਕੋਟਾ ਘੱਟ ਹੁੰਦਾ ਆ, ਕਿੰਨੇ ਚਾਂਸ ਆ ਪੇਪਰ ਨਿਕਲਣ ਦੇ? ਅਤੇ ਇਸ ਵਾਰ ਸਭ ਤੋਂ ਪਹਿਲਾਂ ਹੁਣ ਆਪਾਂ ਜਿਹੜਾ ਕਸੇਰ 'ਤੇ ਦਾ ਕੋਟਾ ਦੇਖ ਲੈਂਦੇ ਹਾਂ ਜਿਹੜੇ ਡੋਮੈਸਟਿਕ ਪੇਪਰਾਂ ਦਾ। ਅਤੇ ਇਸ ਵਾਰ ਕਸੇਰ 'ਤੇ ਦੇ ਵਿੱਚੋਂ ਡੋਮੈਸਟਿਕ ਪੇਪਰਾਂ ਦਾ ਕੋਟਾ ਹੈਗਾ ਜੀ 123, ਅਤੇ ਸਾਲ ਵਾਲੇ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਪੇਪਰ ਭਰਾਏ ਹੋਏ, ਸਾਲ ਵਾਲਿਆਂ ਦਾ ਕੋਟਾ ਹੈਗਾ ਆ ਕਸੇਰ 'ਤੇ ਦੇ ਵਿੱਚੋਂ 250। ਅਤੇ ਠੀਕ ਆ, ਕੋਟਾ ਹੈਗਾ ਆ, ਕਾਫੀ ਵੀਰਾਂ ਨੇ ਪੇਪਰ ਭਰਾਏ ਹੋਆ, ਟਾਈਮਿੰਗ ਤੁਹਾਡੀ ਠੀਕ ਆ, ਹਜੇ ਥੋੜ੍ਹੀ ਜਿਹੀ ਵੇਟ ਕਰ ਲਓ, ਪਤਾ ਲੱਗ ਜਾਣਾ ਕਿ ਤੁਹਾਡੇ ਪੇਪਰ ਜਿਹੜੇ ਕੋਟੇ ਵਿੱਚ ਆਏ ਜਾਂ ਨਹੀਂ, ਅਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੰਨੇ ਕੁ ਪਰਸੈਂਟ ਜਿਹੜੇ ਚਾਂਸ ਆ ਤੁਹਾਡੇ ਪੇਪਰ ਨਿਕਲਣ ਦੇ। ਅਤੇ ਇਸ ਤੋਂ ਬਾਅਦ ਇੱਕ ਕਮੈਂਟ ਹੈਗਾ ਜੀ ਕਮਲਜੀਤ ਕੌਰ ਵੱਲੋਂ, ਇਹਨਾਂ ਦੇ ਜਿਹੜੇ ਹੈਗੇ ਆ ਦਸੰਬਰ ਵਾਲੇ ਪੇਪਰ ਨਿਕਲੇ ਆ ਸਾਲ ਵਾਲੇ, ਅਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਅੱਜ ਇਹਨਾਂ ਦੇ ਪੇਪਰ ਨਿਕਲੇ ਆ, ਇਹਨਾਂ ਦਾ ਮੈਸੇਜ ਆਇਆ ਸੀਗਾ, ਅਤੇ ਕਾਫੀ ਮੁਬਾਰਕਾਂ ਇਹਨਾਂ ਦੇ ਪੇਪਰ ਨਿਕਲੇ ਆ ਜੀ। ਅਤੇ ਇਸ ਤੋਂ ਬਾਅਦ ਹੁਣ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਆ ਜੀ, ਅਗਲਾ ਕਮੈਂਟ ਹੈਗਾ ਹਰਸ਼ ਜੋਛੀ ਜੋਛੀ, ਇਹਨਾਂ ਦਾ ਕਮੈਂਟ ਹੈਗਾ ਹੈਲੋ ਵੀਰ ਜੀ, ਪੇਪਰ 6 ਜੁਲਾਈ ਨੂੰ ਐਕਸਪਾਇਰ ਹੋ ਰਹੇ ਆ ਅਤੇ ਅਪੁਆਇੰਟਮੈਂਟ ਨਹੀਂ ਮਿਲੀ। ਅਤੇ ਜਿਵੇਂ ਕਿ ਆਪਾਂ ਅਪੁਆਇੰਟਮੈਂਟਾਂ ਜਿਹੜੀ ਗੱਲ ਆ ਉਹ ਪਹਿਲਾਂ ਵੀ ਕੀਤੀ ਸੀਗੀ ਕਿ ਅਪੁਆਇੰਟਮੈਂਟਾਂ ਜਿਹੜੀਆਂ ਇਸ ਮਹੀਨੇ ਕਾਫੀ ਆਸ ਆ ਕਿ ਓਪਨ ਜਿਹੜੀਆਂ ਜ਼ਰੂਰ ਹੋਊਗੀਆਂ, ਅਤੇ ਅਪੁਆਇੰਟਮੈਂਟਾਂ ਤੁਸੀਂ ਤੁਹਾਡੇ ਹਜੇ ਹੈਗੇ ਆ 2 ਮਹੀਨੇ ਐਕਸਪਾਇਰ ਹੋਣ ਨੂੰ ਨੁੱਲਾ ਉਸ ਤੋਂ, ਅਤੇ ਹਜੇ ਤੁਸੀਂ ਥੋੜ੍ਹੀ ਜਿਹੀ ਵੇਟ ਕਰ ਲਓ, ਜਦੋਂ ਵੀ ਅਪੁਆਇੰਟਮੈਂਟ ਹੁੰਦੀ ਆ ਜੇਕਰ ਤੁਹਾਨੂੰ ਲੇਟ ਅਪੁਆਇੰਟਮੈਂਟ ਵੀ ਮਿਲਦੀ ਆ, ਜਿਵੇਂ ਕਿ ਤੁਹਾਡੀ 6 ਜੁਲਾਈ ਦੀ ਜਿਹੜੀ ਆ ਨੂਲੇ ਉਸਤੇ ਦੀ ਐਕਸਪਾਇਰੀ ਡੇਟ ਆ, ਜੇਕਰ ਉਸ ਤੋਂ ਬਾਅਦ ਦੀ ਅਗਸਤ ਅਗੁਸਤ ਦੇ ਵਿੱਚ ਵੀ ਤੁਹਾਨੂੰ ਅਪੁਆਇੰਟਮੈਂਟ ਮਿਲਦੀ ਆ ਤਾਂ ਤੁਸੀਂ ਲੈ ਲਿਓ ਜ਼ਰੂਰ, ਤਾਂ ਕਰਕੇ ਤੁਹਾਡੇ ਕੋਲ ਜਿਹੜੀ ਅਪੁਆਇੰਟਮੈਂਟ ਤਾਂ ਹੋਊਗੀ ਘੱਟੋ ਘੱਟ। ਅਤੇ ਹੁਣ ਚੱਲਦੇ ਹੈਗੇ ਆ ਜੀ ਆਪਾਂ ਅਗਲੇ ਕਮੈਂਟ ਵੱਲ, ਅਗਲਾ ਕਮੈਂਟ ਹੈਗਾ ਆ ਸਾਹਿਲ ਅਰੋੜਾ ਵੱਲੋਂ, ਅਤੇ ਕਹਿੰਦੇ ਆ ਭਾਅ ਜੀ ਕੋਈ ਵੀ ਯੂਟਿਊਬਰ ਰੀਜੋ ਕਲਾਵਰੀਆ ਬਾਰੇ ਨਹੀਂ ਦੱਸਦਾ, ਪਲੀਜ਼ ਦੱਸ ਦਿਓ ਰੀਜੋ ਕਲਾਵਰੀਆ ਬਾਰੇ ਅਬਾਊਟ ਪੇਪਰ ਇਨਫੋਰਮੇਸ਼ਨ। ਅਤੇ ਜਿਹੜੇ ਰੀਜੋ ਕਲਾਵਰੀਆ ਵਿੱਚੋਂ ਵੀ ਜਿਹੜੇ ਪੇਪਰ ਆ ਉਹ ਨਿਕਲਣੇ ਸ਼ੁਰੂ ਹੋ ਚੁੱਕੇ ਆ, ਅਤੇ ਖਾਸ ਕਰਕੇ ਹਜੇ ਜਿਹੜੇ 9 ਮਹੀਨੇ ਵਾਲੇ ਪੇਪਰ ਆ ਇਹ ਨਿਕਲ ਰਹੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ, ਹਜੇ ਸਾਲ ਵਾਲੇ 'ਚ ਜਿਹੜੇ ਡੋਮੈਸਟਿਕ ਪੇਪਰ ਆ ਇਹਨਾਂ ਦੀ ਹਜੇ ਕੋਈ ਵੀ ਜਿਹੜੀ ਅਪਡੇਟ ਆ ਉਹ ਨਹੀਂ ਆ ਰਹੀ। ਅਤੇ ਆਪਾਂ ਆਸ ਕਰਦੇ ਹਾਂ ਕਿ ਇਸ ਮਹੀਨੇ ਦੇ ਲਾਸਟ ਦੇ ਵਿੱਚ ਜਿਹੜੀ ਆ ਕੋਈ ਨਾ ਕੋਈ ਅਪਡੇਟ ਜਿਹੜੀ ਕਿਸੇ ਨਾ ਕਿਸੇ ਵੀਰ ਦੇ ਜਿਹੜੇ ਆ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਜਿਹੜੇ ਆ ਜ਼ਰੂਰ ਨਿਕਲੂਗੇ, ਅਤੇ ਜਦੋਂ ਵੀ ਆਪਾਂ ਨੂੰ ਇਸ ਬਾਰੇ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਆਪਾਂ ਤੁਹਾਡੇ ਨਾਲ ਜਿਹੜੀ ਆ ਜ਼ਰੂਰ ਸਾਂਝੀ ਕਰਾਂਗੇ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਆ ਜੀ, ਅਗਲਾ ਕਮੈਂਟ ਹੈਗਾ ਆ ਕੋਈ ਯੂਜ਼ਰ ਨੇਮ, ਅਤੇ ਕਹਿੰਦੇ ਆ ਭਾਅ ਜੀ ਪੇਪਰ ਦੁਬਾਰਾ ਕਲਿੱਕ ਹੋਣ 'ਤੇ ਫਿਰ ਕੋਈ ਚਾਂਸ ਹੁੰਦੇ ਆ ਪੇਪਰ ਸਾਲ ਵਾਲੇ? ਹਾਂਜੀ ਬਿਲਕੁਲ, ਇਹ ਗੱਲ ਵੈਸੇ ਇੱਦਾਂ ਨਹੀਂ ਹੁੰਦੀ ਕਿ ਤੁਹਾਡੇ ਜੇਕਰ ਪਿਛਲੀ ਵਾਰ ਤੁਹਾਡੇ ਪੇਪਰ ਆ ਜਿਹੜੇ ਉਹ ਨਹੀਂ ਨਿਕਲੇ ਸੀਗੇ ਤਾਂ ਇਸ ਵਾਰ ਤੁਸੀਂ ਦੁਬਾਰਾ ਭਰਾਏ ਆ ਤਾਂ ਤੁਹਾਡੇ ਚਾਂਸ ਜਿਹੜੇ ਵੱਧ ਹੋਣਗੇ ਪੇਪਰ ਨਿਕਲਣ ਦੇ, ਇਸ ਤਰੀਕੇ ਨਾਲ ਨਹੀਂ ਹੁੰਦਾ। ਅਤੇ ਤੁਹਾਡੇ ਜਿਹੜੇ ਪੇਪਰ ਆ ਉਹ ਠੀਕ ਟਾਈਮਿੰਗ 'ਤੇ ਭਰ ਹੋਣੇ ਜਿਹੜੇ ਆ ਬਹੁਤ ਜ਼ਰੂਰੀ ਆ, ਅਤੇ ਜੇਕਰ ਤੁਹਾਡੇ ਪੇਪਰ ਜਿਹੜੇ ਟਾਈਮਿੰਗ ਤੋਂ ਬਾਹਰ ਆਉਂਦੇ ਆ, ਤੁਹਾਡੇ ਜਿਹੜਾ ਕੋਟੇ ਵਿੱਚ ਨਾ ਨਹੀਂ ਆਉਂਦਾ, ਫਿਰ ਤੁਹਾਡੇ ਪੇਪਰ ਜਿੰਨੀ ਵਾਰੀ ਮਰਜ਼ੀ ਭਰੇ ਹੋਣ ਉਹ ਨਿਕਲਣ ਦੇ ਚਾਂਸ ਜਿਹੜੇ ਆ ਬਿਲਕੁਲ ਘੱਟ ਹੁੰਦੇ ਆ। ਅਤੇ ਤੁਹਾਡਾ ਜਿਹੜਾ ਆ ਟਾਈਮਿੰਗ ਜੇਕਰ ਵਧੀਆ ਫਿਰ ਤਾਂ ਤੁਹਾਡੇ ਜਿਹੜੇ ਆ ਪੇਪਰ ਉਹ ਜ਼ਰੂਰ ਨਿਕਲੂਗੇ। ਬਾਕੀ ਇੱਦਾਂ ਨਹੀਂ ਹੁੰਦਾ ਕਿ ਜੇ ਤੁਸੀਂ ਹੁਣ ਪੇਪਰ ਭਰਾਉਂਦੇ ਆ ਅਤੇ ਜੇ ਇਸ ਤੋਂ ਬਾਅਦ ਵੀ ਜਾ ਕੇ
ਕਈ ਵੀਰਾਂ ਨੇ ਜਿਹੜੇ ਆ 6 6 7 7 ਵਾਰ ਭਰਾਏ ਹੁੰਦੇ ਆ ਅਤੇ ਕਈ ਵਾਰ ਨਹੀਂ ਨਿਕਲਦੇ, ਅਤੇ ਕਈਆਂ ਦੇ ਜਿਹੜਾ ਹੈਗਾ ਉਹ ਇੱਕ ਵਾਰ ਭਰਨ 'ਤੇ ਜਿਹੜੇ ਆ ਉਹ ਪੇਪਰ ਨਿਕਲ ਜਾਂਦੇ ਆ। ਅਤੇ ਪੇਪਰ ਨਿਕਲਣ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ ਕਿੰਨੇ ਟਾਈਮ 'ਤੇ ਤੁਹਾਡੇ ਪੇਪਰ ਜਿਹੜੇ ਆ ਉਹ ਭਰ ਹੋਏ ਆ, ਅਤੇ ਬਾਕੀ ਜਿਹੜੀ ਕਿਸਮਤ ਬੰਦੇ ਦੀ ਉਹ ਵੀ ਕਾਫੀ ਜ਼ਰੂਰੀ ਹੁੰਦੀ ਆ। ਕਈ ਵਾਰ ਕਾਫੀ ਟਾਈਮ ਲੇਟ ਭਰ ਹੋਏ ਅਤੇ ਜਿਹੜੇ ਉਹ ਵੀ ਪੇਪਰ ਨਿਕਲ ਜਾਂਦੇ ਆ। ਅਤੇ ਆਪਾਂ ਆਸ ਕਰਦੇ ਹਾਂ ਕਿ ਜਿੱਥੋਂ ਵੀ ਤੁਸੀਂ ਪੇਪਰ ਭਰਾਏ ਹੋ ਆ ਤੁਹਾਡੇ ਪੇਪਰ ਜਿਹੜੇ ਵੀ ਹੈਗੇ ਆ ਜ਼ਰੂਰ ਨਿਕਲਣ। ਅਤੇ ਇਸ ਤੋਂ ਬਾਅਦ ਹੁਣ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਆ ਲਾਡੀ ਸੰਧੂ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਆ, ਬਾਈ ਜੀ ਮੇਰੇ ਪੇਪਰ ਵੀ ਨਿਕਲ ਆਏ ਆ 9 ਮੰਥ ਵਾਲੇ ਅਤੇ ਟਾਈਮ ਨਹੀਂ ਪਤਾ ਹੈਗਾ, ਪਤਾ ਕਰਕੇ ਮੈਸੇਜ ਕਰ ਦੇਵਾਂਗੇ ਜ਼ਰੂਰ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਲਾਡੀ ਸੰਧੂ ਵੀਰ ਨੂੰ, ਅਤੇ ਇਹਨਾਂ ਦੇ ਜਿਹੜੇ ਪੇਪਰ ਆ ਨਿਕਲੇ ਆ 9 ਮਹੀਨੇ ਵਾਲੇ 2024 ਵਾਲੇ ਇਹਨਾਂ ਦੇ ਪੇਪਰ ਹੋਣਗੇ, ਅਤੇ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ। ਅਤੇ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਕਿ ਕਿਹੜੀ ਸਿਟੀ ਸੀਗੀ, ਸਾਡੇ ਨਾਲ ਜਿਹੜਾ ਜ਼ਰੂਰ ਤੁਸੀਂ ਸਾਂਝੀ ਕਰ ਸਕਦੇ ਆ। ਅਤੇ ਇਸ ਤੋਂ ਬਾਅਦ ਹੁਣ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਆ ਅਭੀ ਰਾਜਪੂਤ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ, ਭਾਅ ਜੀ ਨੂਲੇ ਔਸਤੇ ਦੇ ਨਾਲ ਮਾਲਕ ਦੇ ਹੋਰ ਕਿਹੜੇ ਪੇਪਰ ਜ਼ਰੂਰੀ ਹੁੰਦੇ ਆ, ਦੱਸਣਾ ਜ਼ਰੂਰ। ਅਤੇ ਇਹ ਗੱਲ ਕਾਫੀ ਜਿਹੜੀ ਇਹਨਾਂ ਦਾ ਕਮੈਂਟ ਆ ਕਾਫੀ ਵਧੀਆ ਹੈ, ਕਾਫੀ ਆਪਣੇ ਵੀਰਾਂ ਭਰਾਵਾਂ ਦਾ ਸਵਾਲ ਹੋਣਾ ਇਹ। ਅਤੇ ਹੁਣ ਜਦੋਂ ਵੀ ਤੁਸੀਂ ਆਪਣੇ ਏਜੰਟ ਕੋਲੋਂ ਜਿਹੜਾ ਨੂਲਾ ਉਸਤਾ ਲੈਣਾ ਹੁੰਦਾ ਤਾਂ ਉਹਦੇ ਨਾਲ ਜਿਹੜੇ ਹੋਰ ਵੀ ਪੇਪਰ ਚਾਹੀਦੇ ਹੁੰਦੇ, ਜਿਵੇਂ ਕਿ ਦਿਕਰਾ ਸਿਓਨੀ ਹੋ ਗਿਆ, ਕੰਤਰਾਤੋ ਦੀ ਲਵੋਰੋ ਪੈਰ ਸੰਜੋਰ ਨੂੰ, ਅਤੇ ਉਹ ਵੀ ਹੋ ਗਿਆ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਤੁਹਾਡਾ ਫੇਸ ਆਈਡੀ ਮਾਲਕ ਦੀ, ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਅੰਬੈਸੀ ਦੇ ਵਿੱਚ ਜਮ੍ਹਾਂ ਕਰਾਉਣਾ ਤਾਂ ਤੁਹਾਡੀ ਡੰਮੀ ਟਿਕਟ ਵੀ ਲੱਗੂਗੀ, ਉਸ ਦੇ ਨਾਲ ਜਿਹੜਾ ਹੈਗਾ ਆ ਤੁਹਾਡਾ ਇੰਸ਼ੋਰੈਂਸ, ਟਰੈਵਲ ਮੈਡੀਕਲ ਇੰਸ਼ੋਰੈਂਸ, ਉਹ ਵੀ ਜਿਹੜਾ ਹੈ ਨਾਲ ਲੱਗੂਗਾ। ਅਤੇ ਇਹ ਜਿਹੜੇ ਸਾਰੇ ਪੇਪਰ ਆ ਟੈਸਟਡ ਹੋਣੇ ਬਹੁਤ ਜ਼ਰੂਰੀ ਆ, ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ, ਅਤੇ ਪੇਪਰ ਜਿਹੜੇ ਹੈਗੇ ਆ ਸਾਰੇ ਓਰੀਜਿਨਲ ਲੈ ਕੇ ਜਾਇਆ ਕਰੋ ਅੰਬੈਸੀ ਦੇ ਵਿੱਚ, ਤਾਂ ਕਿ ਬਾਅਦ ਦੇ ਵਿੱਚ ਤੁਹਾਨੂੰ ਕੋਈ ਵੀ ਜਿਹੜੀ ਆ ਪ੍ਰੋਬਲਮ ਨਾ ਆਵੇ। ਅਤੇ ਹੁਣ ਇਸ ਤੋਂ ਬਾਅਦ ਆਪਾਂ ਚੱਲਦੇ ਹੈਗੇ ਆ ਜੀ ਅਗਲੇ ਕਮੈਂਟ ਵੱਲ, ਅਤੇ ਅਗਲਾ ਕਮੈਂਟ ਹੈਗਾ ਆ ਪ੍ਰਿੰਸ ਮਹਿਤਾ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ, ਵੀਰੇ ਮੇਰੇ ਅਤੇ ਮੇਰੇ ਫਰੈਂਡ ਦੇ 25 ਮਾਰਚ ਵਾਲੇ ਪੇਪਰ ਫੇਲ ਕਰਵਾਏ ਸੀਗੇ, ਬਟ ਅਜੇ ਤੱਕ ਕੋਈ ਵੀ ਇਨਫੋਰਮੇਸ਼ਨ ਜਿਹੜੀ ਨਹੀਂ ਆਈ ਆ, ਅਤੇ ਸਲਿੱਪ ਜਿਹੜੀ ਇੱਕ ਇਹਨਾਂ ਨੂੰ ਮਿਲੀ ਆ, ਅਤੇ ਇਹ ਕਹਿ ਰਹੇ ਆ ਕਿ ਉਹ ਵੀ ਸਲਿੱਪ ਜਿਹੜੀ ਆ ਕੋਈ ਸਾਫ਼ ਨਹੀਂ ਹੈਗੀ ਆ, ਅਤੇ 9:06 ਦੀ ਟਾਈਮਿੰਗ ਦੱਸਦੇ ਆ, ਅਤੇ ਇਹ ਕਹਿੰਦੇ ਹੈਗੇ ਆ ਕਿ ਨੂਲਾ ਉਸਤਾ ਇਹਨਾਂ ਦਾ ਆ ਸਕਦਾ ਜਾਂ ਨਹੀਂ। ਹਾਂਜੀ ਬਿਲਕੁਲ, ਤੁਹਾਡਾ ਨੂਲਾ ਉਸਤਾ ਆ ਸਕਦਾ ਆ, ਕਿਉਂਕਿ ਇਸ ਵਾਰ ਜਿਹੜੀ ਟਾਈਮਿੰਗ ਪੇਪਰ ਨਿਕਲਣ ਦੀ, ਕਾਫੀ ਵੀਰਾਂ ਦੇ ਜਿਹੜੇ ਹੈਗੇ ਆ ਪੇਪਰ 9:10 ਅਤੇ ਕਈਆਂ ਦੇ 15:15 ਵਾਲੇ ਜਿਹੜੇ ਆ ਉਹ ਵੀ ਪੇਪਰ ਨਿਕਲ ਰਹੇ ਆ, ਅਤੇ ਜਿਨ੍ਹਾਂ ਦੇ ਪੇਪਰ 9:05 ਦੇ ਅੰਦਰ ਅੰਦਰ ਆ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਪੇਪਰ ਨਿਕਲਣ ਦੇ, ਅਤੇ 9 ਮਹੀਨੇ ਵਾਲੇ ਪੇਪਰ ਹੁਣ ਨਿਕਲ ਰਹੇ ਆ, ਅਤੇ ਕਾਫੀ ਚਾਂਸ ਆ ਹੁਣ ਤੁਹਾਡੇ ਪੇਪਰ ਜਿਹੜੇ ਨਿਕਲ ਸਕਦੇ ਆ। ਅਤੇ ਜਦੋਂ ਵੀ ਤੁਹਾਡੇ ਪੇਪਰ ਨਿਕਲਦੇ ਆ ਤਾਂ ਸਾਡੇ ਨਾਲ ਜਿਹੜਾ ਤੁਸੀਂ ਜ਼ਰੂਰ ਸਾਂਝਾ ਕਰ ਸਕਦੇ ਆ। ਅਤੇ ਇਸ ਤੋਂ ਬਾਅਦ ਹੁਣ ਚੱਲਦੇ ਹੈਗੇ ਜੀ ਆਪਾਂ ਅਗਲੇ ਕਮੈਂਟ ਵੱਲ। ਅਗਲਾ ਕਮੈਂਟ ਹੈਗਾ ਯੂਜ਼ਰ ਨੇਮ, ਅਤੇ ਇਹ ਕਹਿੰਦੇ ਆ ਕਿ ਨਾ ਪੋਲੀ ਦਸੰਬਰ 9:07:12 'ਤੇ ਇਹਨਾਂ ਦੇ ਪੇਪਰ ਭਰ ਹੋਏ ਸੀਗੇ, ਅਤੇ ਇਹ ਕਹਿੰਦੇ ਆ ਕਿੰਨੇ ਚਾਂਸ ਆ 9 ਮਹੀਨੇ ਵਾਲੇ ਜਿਹੜੇ ਪੇਪਰ 12 ਦਸੰਬਰ 2023 ਨੂੰ ਜਿਹੜੇ ਪੇਪਰ ਭਰ ਹੋਏ ਸੀਗੇ। ਅਤੇ ਆਪਣੇ ਕਾਫੀ ਵੀਰਾਂ ਦੇ ਹੁਣ ਆਪਾਂ ਨੂੰ ਕਮੈਂਟ ਆਏ ਆ 2-4 ਦਿਨਾਂ ਦੇ ਵਿੱਚ ਵਿੱਚ ਜਿਹੜੇ ਉਹਨਾਂ ਦੇ ਪੇਪਰ ਨਿਕਲੇ ਆ, ਇੱਕ ਵੀਰ ਦੇ ਨਾ ਪੋਲੀ ਤੋਂ ਵੀ ਪੇਪਰ ਨਿਕਲੇ ਆ ਦਸੰਬਰ ਵਾਲੇ 12 ਤਰੀਕ ਵਾਲੇ, ਅਤੇ ਉਹਨਾਂ ਦੀ ਟਾਈਮਿੰਗ ਜਿਹੜੀ ਹੈਗੀ ਆ 9:02-3 ਦੇ ਕਰੀਬ ਸੀਗੀ, ਅਤੇ ਕਾਫੀ ਵੀਰਾਂ ਦੇ ਹੁਣ ਜਿਹੜੇ ਦਸੰਬਰ ਵਾਲੇ ਪੇਪਰ ਉਹ ਨਿਕਲ ਰਹੇ ਆ, ਅਤੇ ਇੱਕ ਤੁਸੀਂ ਆਸ ਜ਼ਰੂਰ ਰੱਖੋ ਕਿ ਤੁਹਾਡੇ ਵੀ ਜਿਹੜੇ ਆ ਪੇਪਰ ਉਹ ਜ਼ਰੂਰ ਨਿਕਲ ਸਕਦੇ ਆ। ਅਤੇ ਇਸ ਤੋਂ ਬਾਅਦ ਹੁਣ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਆ ਜੀ। ਅਗਲਾ ਕਮੈਂਟ ਹੈਗਾ ਆ ਪ੍ਰਦੀਪ ਕੌਰ ਵੱਲੋਂ, ਅਤੇ ਇਹ ਕਹਿੰਦੇ ਹੈਗੇ ਹੈਲੋ ਭਾਅ ਜੀ, 9:05:46 'ਤੇ ਕਲਿੱਕ ਹੋਏ ਸੀ ਲਤੀਨਾ ਤੋਂ ਸਾਲ ਵਾਲੇ, ਪੇਪਰ ਨਿਕਲ ਸਕਦੇ ਆ ਕਿ ਨਹੀਂ? ਹਾਂਜੀ ਬਿਲਕੁਲ, ਜਿਹੜੇ ਆ ਤੁਹਾਡੇ ਪੇਪਰ ਨਿਕਲ ਸਕਦੇ ਆ, ਕਿਉਂਕਿ ਤੁਹਾਡੀ ਜਿਹੜੀ ਟਾਈਮਿੰਗ ਇੰਨੀ ਵੀ ਜ਼ਿਆਦਾ ਲੇਟ ਨਹੀਂ ਹੈਗੀ, ਅਤੇ ਜਿਨ੍ਹਾਂ ਦੇ 5 ਮਿੰਟ ਦੇ ਵਿੱਚ ਵਿੱਚ ਟਾਈਮਿੰਗ ਆ ਉਹਨਾਂ ਦੇ ਬਹੁਤ ਚਾਂਸ ਹੁੰਦੇ ਆ। ਇਸ ਵਾਰ ਤਾਂ ਕਾਫੀ ਚਾਂਸ ਆ ਪੇਪਰ ਨਿਕਲਣ ਦੇ, ਕਿਉਂਕਿ ਸਾਲ ਵਾਲਾ ਜਿਹੜਾ ਕੋਟਾ ਹੈ ਸਪੈਸ਼ਲ ਇਸ ਵਾਰ ਰੱਖਿਆ ਜਾਣਾ ਹੈ ਹਰੇਕ ਜ਼ਿਲ੍ਹੇ ਦੇ ਲਈ। ਅਤੇ ਜੇਕਰ ਆਪਾਂ ਲਤੀਨਾ ਦਾ ਕੋਟਾ ਦੇਖ ਲਈਏ ਜਿਹੜੇ ਸਾਲ ਵਾਲੇ ਪੇਪਰਾਂ ਦੇ ਲਈ, ਇਹ ਹੈਗਾ ਹੈ ਜੀ 400, ਅਤੇ ਉਸ ਤੋਂ ਬਾਅਦ ਜਿਹੜਾ ਲਤੀਨਾ ਦੇ ਲਈ ਸਪੈਸ਼ਲ ਕੋਟਾ ਰੱਖਿਆ ਜਾਣਾ ਹੈ ਸਾਲ ਵਾਲੇ ਪੇਪਰਾਂ ਦੇ ਲਈ, ਉਹ ਹੈਗਾ ਜੀ 500, ਅਤੇ ਇਹ ਦੋਨੇ ਮਿਲਾ ਕੇ ਜਿਹੜਾ ਹੈਗਾ ਹੈ 900 ਕੋਟਾ ਹੋ ਗਿਆ ਲਤੀਨਾ ਦਾ ਸਾਲ ਵਾਲੇ ਪੇਪਰਾਂ ਦੇ ਲਈ। ਪਰ ਹਜੇ ਤੁਹਾਨੂੰ ਥੋੜ੍ਹੀ ਜਿਹੜੀ ਆ ਉਹ ਵੇਟ ਕਰਨੀ ਪਊਗੀ, ਕਿਉਂਕਿ ਜਿਹੜੇ ਹਜੇ ਇਹ ਸਾਲ ਵਾਲੇ ਪੇਪਰ ਅਤੇ ਡੋਮੈਸਟਿਕ ਪੇਪਰ ਆ ਜਿਹੜੇ ਨਿਕਲਣੇ ਨਹੀਂ ਸ਼ੁਰੂ ਹੋਏ, ਅਤੇ ਜਦੋਂ ਵੀ ਆਪਾਂ ਨੂੰ ਇਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਕਿ ਲਤੀਨਾ ਦੇ ਵਿੱਚੋਂ ਸਾਲ ਵਾਲੇ ਪੇਪਰ ਨਿਕਲੇ, ਤਾਂ ਆਪਾਂ ਤੁਹਾਡੇ ਨਾਲ ਜਿਹੜਾ ਜ਼ਰੂਰ ਸ਼ੇਅਰ ਕਰਾਂਗੇ। ਅਤੇ ਇਸ ਤੋਂ ਬਾਅਦ ਹੁਣ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਪੀ ਕੇ ਸ਼ਰਮਾ ਪ੍ਰਦੀਪ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ ਕਿ ਮੇਰੇ ਇੱਕ ਰਿਲੇਟਿਵ ਹੈ ਇਟਲੀ ਵਿੱਚ, ਅਗਰ ਮੇਰੇ ਪੇਪਰ ਨਿਕਲ ਜਾਂਦੇ ਆ ਤਾਂ ਉਸਕੇ ਬਾਅਦ ਕਿਤਨਾ ਖਰਚਾ ਆਏਗਾ? ਅਤੇ ਜੇਕਰ ਤੁਹਾਡੇ ਪੇਪਰ ਨਿਕਲ ਜਾਂਦੇ ਆ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨੂਲਾ ਉਸਤਾ ਲੈਣ ਲਈ ਜਿੰਨੇ ਤੁਹਾਡੇ ਪੈਸੇ ਤੁਹਾਡੇ ਏਜੰਟ ਦੇ ਨਾਲ ਗੱਲਬਾਤ ਹੋਈ ਉਹ ਤੁਹਾਨੂੰ ਪੈਸੇ ਦੇਣੇ ਪਊਗੇ, ਅਤੇ ਉਸ ਤੋਂ ਬਾਅਦ ਤੁਹਾਨੂੰ ਅਪੁਆਇੰਟਮੈਂਟ ਲੈਣ ਦੇ ਲਈ ਤੁਹਾਡਾ ਫੀਸ ਜਿਹੜੀ ਆ ਉਹ ਲੱਗੂਗੀ, ਅਤੇ ਉਸ ਤੋਂ ਬਾਅਦ ਤੁਹਾਡੀ ਅੰਬੈਸੀ ਫੀਸ ਜਿਹੜੀ ਕਿ 11 ਤੋਂ ਲੈ ਕੇ 12,000 13,000 ਦੇ ਵਿੱਚ ਵਿੱਚ ਹੁੰਦੀ ਆ,
ਅਤੇ ਉਸ ਤੋਂ ਬਾਅਦ ਟਿਕਟ ਦੇ ਵਿੱਚ ਖਰਚਾ ਆਉਂਦਾ ਆ, ਅਤੇ ਬਾਅਦ ਦੇ ਵਿੱਚ ਇੰਸ਼ੋਰੈਂਸ ਜਿਹੜਾ ਉਹ ਤਾਂ 1,500 ਦਾ ਹੋ ਜਾਂਦਾ ਆ। ਅਤੇ ਇੱਦਾਂ ਦਾ ਥੋੜ੍ਹਾ ਬਹੁਤਾ ਖਰਚਾ ਕਰਕੇ ਆਪਣੀ ਟਿਕਟ ਦਾ ਤੁਹਾਡਾ, ਅਤੇ ਇੰਨਾ ਕੁ ਖਰਚਾ ਆਉਂਦਾ ਬਾਅਦ ਦੇ ਵਿੱਚ ਜਾ ਕੇ ਤੁਸੀਂ ਪੇਪਰ ਵਗੈਰਾ ਜਮ੍ਹਾਂ ਕਰਾਉਣੇ, ਤੁਹਾਡੀ ਗੱਲਬਾਤ ਜਿੱਦਾਂ ਹੋਈ ਵਾ, ਬਾਕੀ ਉਹਦੇ ਹਿਸਾਬ ਨਾਲ ਥੋੜ੍ਹੇ ਬਹੁਤੇ ਪੈਸੇ ਲੱਗਦੇ ਆ। ਅਤੇ ਇਸ ਤੋਂ ਬਾਅਦ ਹੁਣ ਚੱਲਦੇ ਹੈਗੇ ਜੀ ਆਪਾਂ ਅਗਲੇ ਕਮੈਂਟ ਵੱਲ। ਅਗਲਾ ਕਮੈਂਟ ਹੈਗਾ ਵਰੁਣ PR ਵੱਲੋਂ, ਅਤੇ ਇਹ ਕਹਿੰਦੇ ਹੈਗੇ ਭਾਅ ਜੀ ਸਾਲ ਵਾਲੇ ਪੇਪਰ 'ਤੇ ਸਲਿੱਪ 'ਤੇ ਨਾਮ ਇੱਕ ਅੱਖਰ ਜਿਹੜਾ ਗਲਤ ਹੈ ਇਹਨਾਂ ਦਾ, ਕਹਿੰਦੇ ਕੋਈ ਪੰਗਾ ਤਾਂ ਨਹੀਂ ਪਊਗਾ ਜੇ ਨੂਲਾ ਉਸਤਾ ਨਿਕਲ ਜਾਵੇ? ਤੁਸੀਂ ਆਪਣੇ ਏਜੰਟ ਦੇ ਨਾਲ ਇੱਕ ਵਾਰ ਜ਼ਰੂਰ ਗੱਲ ਕਰਿਓ ਅਤੇ ਉਹਨੂੰ ਦੱਸਿਓ ਕਿ ਤੁਹਾਡਾ ਜਿਹੜਾ ਨਾਮ ਆ ਉਹ ਗਲਤ ਆ ਸਲਿੱਪ ਦੇ ਉੱਤੇ, ਕਿਉਂਕਿ ਜਿਹੜਾ ਤੁਹਾਡਾ ਨੂਲਾ ਉਸਤਾ ਉਹ ਵੀ ਉਸ ਤਰੀਕੇ ਨਾਲ ਹੀ ਆਉਣਾ ਆ ਜਿਵੇਂ ਤੁਹਾਡੀ ਸਲਿੱਪ ਆ, ਕਿਉਂਕਿ ਸਲਿੱਪ ਦੇ ਉੱਤੇ ਪਹਿਲਾਂ ਸਾਰਾ ਭਰਿਆ ਜਾਂਦੀ ਡਿਟੇਲ, ਉਸ ਤੋਂ ਬਾਅਦ ਨੂਲਾ ਉਸਤਾ ਵੀ ਇਸ ਤਰੀਕੇ ਨਾਲ ਹੀ ਆਉਣਾ ਆ। ਇਸ ਕਰਕੇ ਤੁਸੀਂ ਇੱਕ ਵਾਰ ਆਪਣੇ ਏਜੰਟ ਦੇ ਨਾਲ ਜ਼ਰੂਰ ਗੱਲਬਾਤ ਕਰਿਓ ਕਿ ਤੁਹਾਡਾ ਜਿਹੜਾ ਮਾਲਕ ਆ ਉਹ ਇਹਨੂੰ ਜਾ ਕੇ ਸਹੀ ਕਰਾ ਸਕਦਾ ਆ। ਅਤੇ ਇਸ ਨਾਲ ਤੁਹਾਡਾ ਜਿਹੜਾ ਆ ਪਹਿਲਾਂ ਹੀ ਕਾਫ਼ੀ, ਤੁਸੀਂ ਇਸ ਗੱਲ ਦਾ ਧਿਆਨ ਰੱਖਿਓ, ਬਾਅਦ ਦੇ ਵਿੱਚ ਨਹੀਂ ਤਾਂ ਤੁਹਾਨੂੰ ਕਾਫ਼ੀ ਪ੍ਰੋਬਲਮ ਆਊਗੀ, ਕਿਉਂਕਿ ਤੁਹਾਡੇ ਪਾਸਪੋਰਟ ਦੇ ਉੱਤੇ ਵੀ ਨਾਮ ਤੁਹਾਡਾ ਜਿਹੜਾ ਉਹ ਬਿਲਕੁਲ ਸਹੀ ਹੋਣਾ। ਜੇਕਰ ਨੂਲੇ ਆ ਉਸਦੇ 'ਤੇ ਨਾਮ ਗਲਤ ਆ ਗਿਆ ਤਾਂ ਬਾਅਦ ਦੇ ਵਿੱਚ ਫਿਰ ਪੰਗਾ ਪਊਗਾ, ਭਾਵੇਂ ਇੱਕ ਅੱਖਰ ਆ ਉਹ ਵੀ ਜਿਹੜਾ ਕਾਰਡ ਦੇ ਵਿੱਚ ਕਾਫ਼ੀ ਪੰਗਾ ਪਾ ਦਿੰਦਾ। ਅਤੇ ਤੁਸੀਂ ਇਹਨੂੰ ਠੀਕ ਕਰਾ ਲਿਓ ਆਪਣੇ ਏਜੰਟ ਨੂੰ ਕਹਿ ਕੇ। ਹਾਂਜੀ, ਅਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਆ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਜਿਹੜੇ ਇਟਲੀ ਆਉਣਾ ਚਾਹੁੰਦੇ ਆ। ਅਤੇ ਹੁਣ ਜਲਦੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਵਿੱਚ।